खुशियों के मीठे और नमकीन पलों को और भी मजेदार बनाने के लिए इस्तेमाल कीजिए KCL ऑर्गेनिक्स घराट का ठंडा। अज MM न्यूज़ मानसा की टीम पहुंची है मानसा के पिंड खोखर कलां बाबा खालसा की हट्टी उपर, जिथे हिंदुस्तान वासियों नहीं पूरी दुनिया के लोगों बाबा जी वालों खुला चैलेंज है कि असी 100 रुपए वाली चीज़ सिर्फ 5 रुपये या 20 रुपए के उपलब्ध कराने। अगे चल के देखते हैं कि बाबा जी की दुकान के कितनी कु सच्चाई है, आओ अगे चलते हैं। वाह भी अमृतपाल, ओ कमाल कर दिया तेरिया मजा यार, इन्ना दुध ते फैट भी पूरा, ओ असी खुद डेरी करदे हैं, इन्ना फैट इन्ना दुध साडियां आपदियां मजा नहीं दिंदियां, वाकई कमाल कर दिया तेरिया मजा। ए कमाल मेरिया मजा दा नहीं, ए कमाल ता लाइफलाइन हरे चारे दे बीजा दा कमाल है। लाइफलाइन हरे चारे दा बीज? ओए आहो, लाइफलाइन हरे चारे दे बीज, चौड़ा पत्ता लम्मा कद पशु तक खावन सब तो वध। इन्हां ने दिल्ली नू भी मात पाया होया है, 3 रुपए दी डाटा केवल तो शुरू, 5 रुपए दा मोबाइल कवर तो लैके होर निरा ही समान है जो बाबा कुलदीप सिंह जी दे इत्थे डेरे विच गुरद्वारा साहब विच मिलता है। लोक सेवा नू समर्पित अजिहा जज्बा अज तो पहला कदे देखन नू नहीं मिलिया, क्योंकि लोग अपने समान राही लोगों की लुट मचाते ने, लेकिन ये बाबा कुलदीप सिंह जी ने जो लोगों नू लुट तो बचाते ने। ਸਾਡੇ ਨਾਲ ਨੇ ਮਾਤਾ ਮਨਜੀਤ ਕੌਰ ਜੀ। ਮਾਤਾ ਜੀ, ਤੁਸੀਂ ਕੁਲਦੀਪ ਬਾਬਾ ਜੀਆਂ ਦੇ ਇੱਥੇ ਆਏ ਹੋ ਜੋ ਲੋਕ ਸੇਵਾ ਕਰ ਰਹੇ ਨੇ। ਹਾਂਜੀ ਹਾਂਜੀ, ਹਰ ਮਾਧਿਅਮ ਰਾਹੀਂ ਮੋਬਾਈਲ ਜੋ ਕਿ ਅੱਜ ਬਹੁਤ ਜ਼ਰੂਰੀ ਚੀਜ਼ ਹੈ, ਸਮਾਨ ਬਹੁਤ ਸਸਤੇ ਰੇਟ ਤੇ ਵੇਚ ਰਹੇ ਹੋ, ਤੁਸੀਂ ਕੀ ਲੈਣ ਆਏ ਹੋ ਬਾਬਾ? ਅਸੀਂ ਜੀ ਆ ਸਾਡੇ ਰਿਸ਼ਤੇਦਾਰ ਆਏ ਨੇ ਉੱਥੋਂ ਮੀਰਪੁਰ ਤੋਂ, ਉਹਨਾਂ ਨੇ ਮੋਬਾਈਲ ਦਾ ਸਮਾਨ ਲੈਣਾ, ਕੁਛ ਤਾਂ ਕਵਰ ਕੋਵਰ ਲੈਣੇ ਹੈ, ਹੈੱਡਫੋਨ ਲੈਣੇ ਹੈ, ਉਹ ਸਾਰਾ ਕੁਛ ਲੈਣ ਆਏ ਨੇ ਇੱਥੇ। ਬਾਕੀ ਇਹ ਲੇਡੀ ਸਮਾਨ ਦੇਖਣ ਆਏ ਨੇ, ਮੇਰੀ ਨੂੰਹ ਦੇ ਭੈਣ ਹੈਗੀ ਮੀਰਪੁਰ ਤੋਂ। ਅੱਛਾ, ਕੀ ਬਾਬਾ ਕੁਲਦੀਪ ਜੀ ਦੇ ਇਸ ਸੇਵਾ ਕੇਂਦਰ ਤੋਂ ਤੁਹਾਨੂੰ ਮਿਲਦਾ? ਜੋ ਚੀਜ਼ ਚਾਹੀਦੀ ਹੈ ਜੀ, ਮੋਬਾਈਲ ਕੀ, ਹੈੱਡਫੋਨ ਕੀ, ਕੋਈ ਘਰ ਦਾ ਵਰਤਣ ਵਾਲਾ ਸਮਾਨ ਕੀ, ਹੋਰ ਕੋਈ ਵੀ ਆਹ ਬੁਣੀਆਂ ਨਹੀਂ ਪਾਉਣੇ ਹੈ, ਕੋਈ ਰਕਾਬੀ ਬੂਟ ਸਾਰੇ ਮਿਲਦੇ ਆ ਜੀ ਇੱਥੇ ਘੱਟ ਰੇਟਾਂ 'ਤੇ। ਤੁਹਾਨੂੰ ਇਹ ਸਮਾਨ ਬਾਜ਼ਾਰ ਨਾਲੋਂ ਕਿੰਨਾ ਸਸਤਾ ਮਿਲਦਾ? ਇੱਥੇ ਤਾਂ ਜੀ ਬਹੁਤ ਸਸਤਾ ਮਿਲਦਾ, ਜਿੰਨਾ ਵੀ ਕਹੀਦੇ ਉਨਾ ਹੀ ਸਸਤਾ ਮਿਲਦਾ। ਕਿੰਨਾ ਮਤਲਬ 100 ਰੁਪਏ ਵਾਲੀ ਚੀਜ਼ ਕਿੰਨੇ ਪੈਸਿਆਂ 'ਚ ਮਿਲ ਜਾਂਦੀ ਹੈ? ਮੈਂ ਲੱਗਦਾ ਘੱਟੋ ਘੱਟ ਜੀ 100 ਰੁਪਏ ਵਾਲੀ ਚੀਜ਼ 20-25 'ਚ 50 'ਚ, ਮਤਲਬ 80 ਪੈਸੇ ਬਾਜ਼ਾਰ ਨਾਲੋਂ ਆਪਣੇ ਘਰ ਦਾ ਫਾਇਦਾ ਹੁੰਦਾ। ਮੇਰੀ ਸਮੁੱਚੇ ਇਲਾਕਾ ਪੰਜਾਬ ਨਿਵਾਸੀਆਂ ਨੂੰ ਵੀ ਬੇਨਤੀ ਹੈ ਕਿ ਬਾਬਾ ਕੁਲਦੀਪ ਜੀ ਦੇ ਤਰ੍ਹਾਂ ਸੇਵਾ ਦਾ ਜਜ਼ਬਾ ਰੱਖਦੇ ਹੋਏ ਆਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ, ਤਾਂ ਜੋ ਲੋਕਾਂ ਨੂੰ ਆਮ ਬੰਦਿਆਂ ਨੂੰ ਲੁੱਟ ਤੋਂ ਬਚਾਇਆ ਜਾ ਸਕੇ। ਹਾਂਜੀ ਹਾਂਜੀ। ਮਾਤਾ ਜੀ, MM ਨਿਊਜ਼ ਮਾਨਸਾ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਸਾਡੇ ਨਾਲ ਨੇ ਪਿੰਡ ਖੋਖਰ ਕਲਾਂ ਤੋਂ ਗ੍ਰੰਥੀ ਬਾਬਾ ਕੁਲਦੀਪ ਸਿੰਘ ਜੀ। ਬਾਬਾ ਜੀ, ਤੁਸੀਂ ਪੰਜਾਬ 'ਚ ਨਹੀਂ ਪੂਰੇ ਹਿੰਦੁਸਤਾਨ 'ਚ ਨਹੀਂ ਦੁਨੀਆਂ ਵਿੱਚ ਬੀਤੇ ਕੁਝ ਹੀ ਦਿਨਾਂ 'ਚ ਮਸ਼ਹੂਰ ਹੋ ਚੁੱਕੇ ਹੋ ਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਲੋਕ ਸੇਵਾ ਵੀ ਕਰ ਰਹੇ ਹੋ, ਜੋ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਮੋਬਾਈਲ, ਉਸਦਾ ਸਮਾਨ ਬੜੇ ਹੀ ਸਸਤੇ ਰੇਟਾਂ 'ਤੇ ਦੇ ਰਹੇ ਹੋ, ਕਿਸ ਤਰ੍ਹਾਂ ਤੁਹਾਡੇ ਦਿਮਾਗ ਵਿੱਚ ਆਇਆ ਕਿ ਆਪਾਂ ਸਮਾਜ ਦੀ ਇਸ ਤਰ੍ਹਾਂ ਵੀ ਸੇਵਾ ਕਰ ਸਕਦੇ? ਅਸੀਂ ਜੀ ਪਹਿਲਾਂ ਮੈਂ ਕੰਮ ਕੀਤਾ ਕੱਪੜੇ ਦਾ ਸ਼ੁਰੂ, ਪਹਿਲਾਂ ਕੱਪੜੇ ਵੀ ਮਤਲਬ ਜਿਵੇਂ ਕੋਟ ਬੱਚਿਆਂ ਦੇ ਕੱਪੜੇ ਉਹ ਸ਼ੁਰੂ ਕੀਤਾ, ਕਿਉਂਕਿ ਕੱਪੜੇ ਨੇ ਜਿਹੜੇ ਉਹ ਹਰੇਕ ਜਗ੍ਹਾ ਦੇ ਤੋਂ ਵੱਡੀਆਂ ਵੱਡੀਆਂ ਸ਼ੋਰੂਮ ਨੇ, ਦੁਕਾਨਾਂ ਨੇ ਥੋੜ੍ਹਾ ਲੈ ਲੈਂਦਾ ਸੀ, ਉਹ ਮੈਨੂੰ ਕਹਿੰਦੇ ਜੀ ਇਹ ਰੇਟ ਤਾਂ ਸਾਨੂੰ ਬਾਜ਼ਾਰਾਂ 'ਚ ਵੀ ਮਿਲਦੇ ਆ, ਪਿੰਡ ਦੇ ਵਿੱਚ ਦੁਕਾਨ ਕੁਛ ਨੂੰ ਸਸਤਾ ਮੈਨੂੰ ਸਾਨੂੰ ਪਿੰਡ ਦੇ ਵਿੱਚ ਮਿਲੇ, ਤਾਂ ਮੈਂ ਸੋਚਿਆ ਵੀ ਸਾਰਿਆਂ ਨੂੰ ਜਿਹੜੀ ਜ਼ਰੂਰੀ ਲੋੜ ਆ ਮੋਬਾਈਲ, ਕਿਉਂਕਿ ਬੱਚਿਆਂ ਦੀ ਪੜ੍ਹਾਈ ਹੁਣ ਕਰੋਨਾ ਕਰਕੇ ਜਿਹੜੀ ਔਨਲਾਈਨ ਹੋ ਗਈ, ਕਵਰਾਂ ਦੀ, ਹੈੱਡਫੋਨ ਦੀ, ਚਾਰਜਾਂ ਦੀ, ਜਿੰਨੇ ਘਰ ਦੇ ਮੈਂਬਰ ਆਪਣੇ ਸਾਰਿਆਂ ਕੋਲ ਮੋਬਾਈਲ ਫੋਨ ਆ, ਮੈਂ ਸੋਚਿਆ ਵੀ ਕਿਉਂ ਨਾ ਮੋਬਾਈਲਾਂ ਦਾ ਕੰਮ ਸ਼ੁਰੂ ਕੀਤੇ ਜਾਵੇ, ਤਾਂ ਕਰਕੇ ਜੀ ਆਪਾਂ ਨੇ ਮੋਬਾਈਲ ਨੂੰ ਮੋਬਾਈਲਾਂ ਦਾ ਕੰਮ ਸ਼ੁਰੂ ਕੀਤਾ। ਬਾਬਾ ਜੀ,
ਤੁਹਾਡੀ ਸੇਵਾ ਦੇਖ ਰਹੇ ਹਾਂ। ਤੁਸੀਂ ਨੋ ਪ੍ਰੋਫਿਟ ਨੋ ਲੋਸ 'ਤੇ, ਮੈਨੂੰ ਲੱਗਦਾ ਕਿ ਹੋ ਸਕਦਾ ਕਿ ਤੁਸੀਂ ਪੱਲਿਓ ਪਾ ਕੇ ਵੀ ਲੋਕਾਂ ਨੂੰ ਸਮਾਨ ਦੇ ਦਿੰਦੇ ਹੋ, ਇਹ ਕਿਸ ਤਰ੍ਹਾਂ ਤੁਹਾਡੇ ਦਿਲ ਦੇ ਵਿੱਚ ਜਜ਼ਬਾ ਜਾਗਿਆ? ਨਹੀਂ ਦੇਖੋ ਜੀ, ਪੱਲੇ ਪਾ ਕੇ ਤਾਂ ਕੋਈ ਵੀ ਨਹੀਂ ਦਿੰਦਾ ਵੀ, ਪਰ ਇਹ ਆ ਵੀ ਅਸੀਂ ਕਮਾਉਣੇ ਤਾਂ ਹੈਗੇ ਆ ਵੀ, ਪਰ ਥੋੜ੍ਹੇ ਮਾਰਜਨ 'ਤੇ ਮੰਨ ਲਓ ਵੇਚਦੇ ਹਾਂ। ਅਸੀਂ ਜੇ ਕਿਸੇ ਨੂੰ ਕਿਹਾ ਵੀ ਭਰਾਵੋ ਸਾਡੇ ਕੋਲ 5 ਰੁਪਏ ਵਾਲਾ ਕਵਰ ਹੈ, ਚਾਹੇ ਕੋਈ ਦੁਕਾਨਦਾਰ ਵੀਰ ਆਵੇ, ਅਸੀਂ ਉਹਨੂੰ 5 ਰੁਪਏ ਦਾ ਕਵਰ ਦੇਵਾਂਗੇ। ਇਹ ਨਹੀਂ ਵੀ ਇਕੱਲੇ ਕਹਿਣ ਮੁਤਾਬਕ ਆਹ 5 ਰੁਪਏ ਨਾਲ ਮੇਰੇ ਹੱਥ 'ਚ ਕਵਰ ਆ, ਕੋਈ 1 ਲੱਖ ਪੀਸ ਕਹੂ ਮੈਂ ਮੰਗਾ ਕੇ ਦਿਉਂ ਮੈਨੂੰ, ਇਹ ਨਹੀਂ। ਬਾਬਾ ਜੀ, ਇਹੀ ਕਵਰ ਬਾਜ਼ਾਰ ਦੇ ਵਿੱਚ 40 ਤੋਂ 50 ਰੁਪਿਆਂ ਦੇ ਵਿੱਚ ਘੱਟੋ ਘੱਟ ਰੇਟ ਦੇ ਵਿੱਚ ਵਿਕਦਾ? ਨਹੀਂ ਦੇਖੋ ਜੀ, ਪਤਾ ਕੀ ਹੈਗਾ, ਸਾਡੇ ਭਰਾ ਦੁਕਾਨਦਾਰ ਵੀ ਸਾਡੇ ਭਰਾ ਨੇ, ਵੀ ਆਪਾਂ ਕਹਿੰਦੇ ਵੀ ਉਹਨਾਂ ਨੂੰ ਕਿਰਾਏ ਕਾਫੀ ਪੈਂਦੇ ਆ ਅਤੇ ਖਰਚੇ ਵੀ ਉਹਨਾਂ ਦੇ ਮੁਲਾਜ਼ਮ ਵੀ ਰੱਖੇ ਆ। ਮੈਂ ਕਹਿੰਦਾ ਵੀ ਦੁਕਾਨਦਾਰ ਵੀਰ ਸਾਡੇ ਨਾਲ ਭਰਾ ਜੁੜਨ ਅਤੇ ਸਾਡੇ ਨਾਲ ਜੁੜ ਕੇ ਅਸੀਂ ਉਹਨਾਂ ਦਾ ਕਾਰੋਬਾਰ ਸ਼ੁਰੂ ਕਰਵਾ ਸਕੀਏ, ਸਾਡੇ ਤੋਂ ਸਮਾਨ ਲੈਣ। ਜਿਹੜੇ ਸਾਡੇ ਭਰਾ ਦੁਕਾਨਦਾਰ ਵੀ ਹੁਣ ਵੀ ਸਾਡੇ ਕੋਲੋਂ ਵਧੀਆ ਲੈ ਕੇ ਜਾਂਦੇ ਆ, ਮਾਨਸਾ ਤੋਂ ਵੀ ਲੈਣ ਆਉਣ, ਹੋਰ ਵੀ ਜਿੱਥੋਂ ਤੱਕ ਆਪਣੀ ਵੀਡੀਓ ਜਾਂਦੀ ਹੈ ਦੁਕਾਨਦਾਰ ਵੀਰ ਤੱਕ ਸਾਡੇ ਨਾਲ ਜੁੜਨ, ਅਸੀਂ ਜਿੱਥੇ ਤੱਕ ਹੋ ਸਕੇ ਉਹਨਾਂ ਭਰਾਵਾਂ ਦਾ ਫਾਇਦਾ ਕਰਾਂਗੇ। ਸਾਨੂੰ ਉਮੀਦ ਹੈ ਬਾਬਾ ਜੀ, ਜਿਸ ਤਰ੍ਹਾਂ ਤੁਸੀਂ ਇਹ ਸੇਵਾ ਭਾਵ ਦੇ ਤਰੀਕੇ ਨਾਲ, ਸਮਾਜ ਸੇਵਾ ਇੱਕ ਵਿਲੱਖਣ ਢੰਗ ਦੇ ਨਾਲ ਕਰਨੀ ਸ਼ੁਰੂ ਕੀਤੀ ਹੈ, ਤੁਹਾਡੇ ਪ੍ਰੇਰਨਾ ਸਰੂਪ ਹੋਰ ਵੀ ਕਈ ਇਨਸਾਨ ਇਸ ਕਿੱਤੇ ਨੂੰ ਅਪਣਾਉਣਗੇ ਅਤੇ ਸਮਾਜ ਸੇਵਾ ਵੀ ਨਹੀਂ ਲੱਗਣਗੇ। ਬਾਬਾ ਜੀ, MM ਨਿਊਜ਼ ਮਾਨਸਾ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। अब पाए गर्मी से राहत और सेहत का साथ KCL Organics, घराट की शुद्धता से बने और पोषण से भरपूर सोया जौ और चने के सद्दू के साथ KCL Organics। ਚਰਨਜੀਤ ਸਿੰਘ ਜੀ, ਤੁਸੀਂ ਇੱਥੇ ਬਾਬਾ ਕੁਲਦੀਪ ਜੀਆਂ ਦੇ ਸੇਵਾ ਕੇਂਦਰ 'ਤੇ ਆਏ ਹੋ, ਜਿੱਥੇ ਬਾਬਾ ਕੁਲਦੀਪ ਸਿੰਘ ਜੀ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਸਮਾਨ ਉਪਲਬਧ ਕਰਾਉਂਦੇ ਨੇ। ਅੱਜ ਤੁਸੀਂ ਕੀ ਖਰੀਦਣ ਆਏ ਹੋ ਉਰੋ? ਇਹ ਤਾਂ ਮੋਬਾਈਲ ਦੀ ਲੈਣ ਆਈ ਸੀ ਜੀ, ਹੈੱਡਫੋਨ ਲੈਣ ਆਏ ਸੀ, ਡਾਟਾ ਕੇਬਲ ਲੈਣ ਆਈ ਸੀ ਇੱਕ ਦੋ, ਉਹ ਸਾਨੂੰ ਮੁੰਡੇ ਦਾ ਫੋਨ ਆਇਆ ਸੀਗਾ ਅਤੇ ਉਹਨਾਂ ਨੇ ਸਾਨੂੰ ਦੱਸ ਪਾਈ ਸੀ ਸਸਤਾ ਸਮਾਨ ਮਿਲਦਾ। ਕਿੰਨਾ ਕੁ ਸਸਤਾ ਸਮਾਨ ਮਿਲਦਾ ਤੁਹਾਨੂੰ? ਸਾਨੂੰ ਸਸਤਾ ਸਮਾਨ ਮਿਲਦਾ ਜੀ, ਅੱਧੇ ਰੇਟ ਮੰਗੀ ਮਿਲ ਜਾਂਦਾ ਜੀ। ਸਾਨੂੰ ਪਤਾ ਲੱਗਿਆ ਕਿ ਬਾਬਾ ਕੁਲਦੀਪ ਸਿੰਘ ਜੀ ਇੱਥੇ ਮੋਬਾਈਲ ਦੀ ਅਸੈਸਰੀ ਤੋਂ ਬਿਨਾਂ, ਸਮਾਨ ਤੋਂ ਬਿਨਾਂ ਚੱਪਲਾਂ, ਹੋਰ ਘਰ ਦੇ ਵਰਤੋਂ ਦਾ ਸਮਾਨ, ਹੋਰ ਹਰ ਤਰ੍ਹਾਂ ਦਾ ਸਮਾਨ ਇੱਥੇ ਰੱਖਦੇ। ਕੀ ਤੁਸੀਂ ਮੋਬਾਈਲ ਤੋਂ ਬਿਨਾਂ ਹੋਰ ਵੀ ਕੁਛ ਆਉਣ ਵਾਲੇ ਸਮੇਂ 'ਚ ਖਰੀਦੋਗੇ? ਹਾਂ ਹਾਂ, ਖਰੀਦਾਂਗੇ, ਜ਼ਰੂਰ ਖਰੀਦਾਂਗੇ। ਸਾਨੂੰ ਪਤਾ ਹੀ ਨਹੀਂ ਸੀਗਾ ਜੀ ਪਹਿਲਾਂ, ਅੱਜ ਹੀ ਪਤਾ ਲੱਗਿਆ। ਅੱਜ ਪਤਾ ਲੱਗਿਆ ਹਾਂਜੀ। ਔਰ ਪਿੰਡ ਵਿੱਚ ਵੀ ਜਾ ਕੇ ਤੁਸੀਂ ਇਹ ਸੁਨੇਹਾ ਦਿਓਗੇ ਕਿ ਉੱਥੇ ਸਮਾਨ ਖਰੀਦ ਕੇ ਲਿਓ? ਹਾਂ ਹਾਂਜੀ, ਨਾਲ ਵੀ ਲੈ ਕੇ ਆਵਾਂਗੇ ਜੀ। MM ਨਿਊਜ਼ ਮਾਨਸਾ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਲਾ ਕੇ ਇਲਾਕਾ ਨਿਵਾਸੀਆਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਸ ਚੀਜ਼ ਦੇ ਉੱਪਰ ਤੁਹਾਡਾ 100 ਰੁਪਇਆ ਬਾਜ਼ਾਰ ਦੇ ਵਿੱਚ ਖਰਚ ਹੁੰਦਾ, ਬਾਬਾ ਜੀ ਤੁਹਾਨੂੰ ਉਹੀ ਚੀਜ਼ ਵੱਧੋ ਵੱਧ 10 ਜਾਂ 20 ਰੁਪਇਆਂ ਵਿੱਚ ਉਪਲਬਧ ਕਰਾਉਂਦੇ ਨੇ। ਅਸੀਂ ਚਾਹੁੰਦੇ ਹਾਂ ਕਿ ਬਾਬਾ ਜੀਆਂ ਦੀ ਇਸ ਦੁਕਾਨ ਦਾ ਮਾਨਸਾ, ਪੰਜਾਬ, ਪੂਰਾ ਹਿੰਦੁਸਤਾਨ ਜ਼ਰੂਰ ਫਾਇਦਾ ਉਠਾਵੇ। ਬਾਬਾ ਜੀਆਂ ਦੇ ਸਿੱਧਾ ਸਿੱਧਾ ਚੈਲੇਂਜ ਹੈ ਕਿ ਕੋਈ ਸਾਨੂੰ ਆ ਕੇ ਇੱਕ ਨਹੀਂ, ਅਗਰ ਉਸੇ ਨਾਲ ਦੀਆਂ 1000 ਚੀਜ਼ ਵੀ ਆ ਕੇ ਕਹੂਗਾ ਤਾਂ ਅਸੀਂ ਉਹਨਾਂ ਨੂੰ ਹਾਜ਼ਰ ਕਰਵਾਵਾਂਗੇ, ਉਪਲਬਧ ਕਰਵਾਵਾਂਗੇ। MM ਨਿਊਜ਼ ਮਾਨਸਾ। चक्की में बने शुद्ध आटे की परंपरा को हमने निखारा है गुणवत्ता और पोषण से। अब हर घर में होगी सेहत और स्वाद जब बनेगी रोटियां KCL Organics घराट आटे के साथ।